ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 11 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਵੀ ਕੱਲ੍ਹ ਵਾਂਗੂ ਮੀਂਹ ਦੀ ਉਮੀਦ ਸੀਗੀ ਸਵੇਰ ਵੇਲੇ, ਪਰ ਅੱਜ ਕਿਸੇ ਵੀ ਖੇਤਰ ਦੇ ਵਿੱਚ ਸਵੇਰ ਵੇਲੇ ਮੀਂਹ ਨਹੀਂ ਪਿਆ, ਨਾ ਹੀ ਕਿਤੇ ਟੁੱਟਵੇਂ ਜਿਹੇ ਸ਼ਰਾਟੇ ਪਏ। ਬੱਦਲਵਾਈ ਜ਼ਰੂਰ ਸਵੇਰ ਵੇਲੇ ਬਣੀ ਸੀਗੀ, ਪਰ ਕਿਤੇ ਵੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਨਹੀਂ ਮਿਲੀਆਂ। ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਟੁੱਟਵੇਂ ਤੌਰ 'ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ, ਜਿਵੇਂ ਕੱਲ੍ਹ ਮਿਲੇ ਸਨ, ਕਿਉਂਕਿ ਦੁਪਹਿਰ ਵੇਲੇ ਗਰਮੀ ਅਤੇ ਹੁਮਸ ਦਾ ਮਾਹੌਲ ਹਵਾ ਬੰਦ ਹੋਣ ਕਰਕੇ ਇੱਕ ਵਾਰ ਫਿਰ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ, ਅਤੇ ਦੁਪਹਿਰ ਤੋਂ ਬਾਅਦ ਅਤੇ ਸ਼ਾਮ ਤੋਂ ਪਹਿਲੋਂ ਪਹਿਲੋਂ ਜਾਂ ਰਾਤ ਤੋਂ ਪਹਿਲੋਂ ਪਹਿਲੋਂ ਟੁੱਟਵੇਂ ਤੌਰ 'ਤੇ ਵੱਖ ਵੱਖ ਇਲਾਕਿਆਂ ਦੇ ਵਿੱਚ ਸ਼ਰਾਟੇ ਲੱਗਦੇ ਦਿਖਾਈ ਦੇ ਰਹੇ ਹਨ। ਇਹ ਸ਼ਰਾਟੇ ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਹੁਸ਼ਿਆਰਪੁਰ, ਨਵਾਂਸ਼ਹਿਰ, ਬੰਗਾ, ਰੋਪੜ, ਮੋਹਾਲੀ, ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਵੀ ਪੈ ਸਕਦੇ ਹਨ। ਦੂਸਰੀ ਤਰਫ ਬਠਿੰਡਾ, ਮੁਕਤਸਰ, ਫਰੀਦਕੋਟ ਦੇ ਇਲਾਕਿਆਂ ਜਾਂ ਮਾਨਸਾ, ਬਰਨਾਲੇ ਵਿੱਚ ਵੀ ਟੁੱਟਵੇਂ ਜਿਹੇ ਤੌਰ 'ਤੇ ਪੈ ਸਕਦੇ ਹਨ। ਜਲੰਧਰ ਅਤੇ ਕਪੂਰਥਲੇ ਦੇ ਵਿੱਚ ਵੀ ਉਮੀਦ ਬਣ ਰਹੀ ਹੈ ਕਿ ਬਾਅਦ ਦੁਪਹਿਰ ਤੋਂ ਕਿਤੇ ਨਾ ਕਿਤੇ ਇੱਕ ਅੱਧੀ ਤਹਿਸੀਲ ਦੇ ਵਿੱਚ ਟੁੱਟਵੇਂ ਜਿਹੇ ਤੌਰ 'ਤੇ ਸ਼ਰਾਟੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਹਨ। ਅੰਮ੍ਰਿਤਸਰ ਅਤੇ ਤਰਨ ਤਾਰਨ ਵਿੱਚ ਉਮੀਦ ਘੱਟ ਆ, ਪਰ ਫਿਰ ਵੀ ਇੱਕਾ ਦੁੱਕਾ ਥਾਂ 'ਤੇ ਮੀਂਹ ਦੇ ਸ਼ਰਾਟੇ ਜਾਂ ਕਿਤੇ ਵਧੀਆ ਝੱਟਾ ਵੀ ਲੱਗ ਸਕਦੀਆਂ ਹਨ, ਪਰ ਅੱਜ ਟੁੱਟਵੇਂ ਤੌਰ 'ਤੇ ਸ਼ਰਾਟੇ, ਸਵੇਰ ਨੂੰ ਇੱਕ ਵਾਰ ਫਿਰ ਤੋਂ ਮੀਂਹ ਦੀ ਉਮੀਦ ਰਹੇਗੀ ਤੜਕਸਰ।